ਅਗਨੀਪਥ ਯੋਜਨਾ ਤਹਿਤ ਜਲ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਮਹਿਲਾ ਸ਼ਕਤੀ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਲ ਸੈਨਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਗਨੀਵੀਰਾਂ ਦੀ ਕੁੱਲ ਭਰਤੀ 'ਚੋਂ 20% ਭਰਤੀ ਮਹਿਲਾਵਾਂ ਦੀ ਕੀਤੀ ਜਾਵੇਗੀ। ਭਰਤੀ ਹੋਣ ਵਾਲੀਆਂ ਮਹਿਲਾ ਅਗਨੀਵੀਰਾਂ ਨੂੰ ਸਿਖਲਾਈ ਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ। ਚੁਣੇ ਗਏ ਅਗਨੀਵੀਰਾਂ ਦੀ ਸਿਖਲਾਈ ਆਈਐਨਐਸ ਚਲਕਾ ਤੇ ਹੋਵੇਗੀ, ਜਿੱਥੇ ਇਹਨਾਂ ਦੀ ਸਿਖਲਾਈ ਲਈ ਸਾਰੀਆਂ ਸਹੂਲਤਾਂ ਉਪਲਬਧ ਨੇ। ਇਨਾ ਮਹਿਲਾਵਾਂ ਨੂੰ ਜੰਗੀ ਜਹਾਜ਼ਾਂ ਤੇ ਤਨਾਤ ਕੀਤਾ ਜਾਵੇਗਾ ਬੁਲਾਰੀ ਨੇ ਦੱਸਿਆ ਕਿ ਅਗਨੀਵੀਰ ਯੋਜਨਾ ਤਹਿਤ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਬਲੋਂ ਇਸ ਵਾਰੇ 46000 ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਾਲਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ